ਕੀ ਕਾਰਨ ਹੈ ਜਿਹੜਾ ਤੁਸੀਂ ਲਾਈਨਾਂ ਵਿੱਚ ਲੱਗੇ ਹੋ? ਇਹ ਲਾਈਨਾਂ ਜੀ ਇੱਕ ਦੂਜੇ ਦੇ ਅੱਗੋਂ ਇੱਕ ਦੂਜੇ ਦੇ ਪਿੱਛੇ ਇਸ ਤਰ੍ਹਾਂ ਕਰਕੇ ਉਹ ਕੋਈ ਪਹਿਲਾਂ ਲੈ ਜਿਹੜਾ ਮਗਰੋਂ ਆਇਆ ਉਹ ਮਤਲਬ ਕਿ ਪਹਿਲਾਂ ਲੈ ਜਾਂਦਾ ਜਿਹੜਾ ਪਹਿਲਾਂ ਉਹ ਰਹਿ ਜਾਂਦਾ ਜੀ ਇਸ ਤਰ੍ਹਾਂ ਕਰਕੇ। ਕਾਹਦੀ ਦਵਾਈ ਲੈਣਾ ਹੈ? ਇਹ ਜੀ ਨਸ਼ਾ ਛਡਾਊ ਜਿਹੜੇ ਸੀਗੇ ਪਹਿਲਾਂ ਹੋਇਆ ਸੀਗਾ ਕੰਮ ਚੱਲਿਆ ਸੀ ਕਿ ਪਿੰਡਾਂ ਦੇ ਵਿੱਚ ਨਸ਼ੇ ਵਿਕ ਰਹੇ ਆ ਉਹਨਾਂ ਨੂੰ ਜਦੋਂ ਛੱਡਦੇ ਸੀਗੇ ਫਿਰ ਔਖੀ ਹੋਈ ਦੁਨੀਆ ਫਿਰ ਹਸਪਤਾਲਾਂ ਨੂੰ ਭੱਜੇ ਫਿਰ ਇਹਨਾਂ ਨੇ ਮਤਲਬ ਕਿ ਜਿਹੜਾ ਨਸ਼ੇ ਵਾਲਾ ਕੰਮ ਸੀਗਾ ਉਹਦੀ ਟੋਟ ਪੂਰੀ ਕੀਤੀ ਆ। ਇਹ ਗੋਲੀ ਬਰੂ ਫੂਨ ਦਿੰਦੇ ਆ ਜੀ, ਬਰੂ ਫੂਨ ਦੇ ਵਿੱਚ ਉਹ ਨਸ਼ੇ ਕਰਕੇ ਇੱਕੋ ਹੀ ਚੀਜ਼ ਹੈ ਸ਼ਾਲਟ ਇੱਕੋ ਹੀ ਆ ਜੀ ਉਹ ਬੰਦ ਕਰ ਦਿੱਤਾ ਜੀ। ਉਹ ਤੇ ਪੈਸਿਆਂ ਦੇ ਆਉਂਦਾ ਸੀਗਾ ਪੈਸੇ ਲੱਗਦੇ ਸੀਗੇ ਜੀ, ਇਹ ਮਤਲਬ ਫ੍ਰੀ ਮਿਲ ਜਾਂਦਾ ਜਿਹਦਾ ਕਾਰਡ ਬਣਿਆ ਹੋਇਆ ਪਰਚੀਆਂ ਬਣਵਾ ਦੀਆਂ ਇਹ ਸਰਕਾਰ ਨੇ ਤੇ ਹਸਪਤਾਲਾਂ ਦੇ ਵਿੱਚ ਸਰਕਾਰੀ ਹਸਪਤਾਲ ਉੱਥੋਂ ਪਰਚੀਆਂ ਡਾਕਟਰ ਨੇ ਬਣਵਾ ਦੀਆਂ। ਫਰਕ ਆਇਆ ਤੁਹਾਨੂੰ ਦਵਾਈ ਨਾਲ? ਹਾਂ ਜੀ ਦਵਾਈ ਨਾਲ ਪੂਰਾ ਫਰਕ ਆ ਜੀ। ਇਹ ਕਿੰਨੇ ਟਾਈਮ ਦਾ ਇਹ ਕਹਿੰਦੇ ਆ ਵੀ ਜਿਹੜਾ? ਨਹੀਂ ਟਾਈਮ ਕੁਛ ਨਹੀਂ ਦੱਸਿਆ ਜੀ, ਜਦੋਂ ਉਹਨੇ ਦਵਾਈ ਦੇ ਦਿੰਦੇ ਮੋੜ ਦਿੰਦੇ। ਅੱਛਾ ਕਾਹਦਾ ਨਸ਼ਾ ਕਰਦੇ ਸੀ? ਹੈ ਜੀ ਕਾਹਦਾ ਨਸ਼ਾ ਕਰਦੇ ਸੀ? ਹੁਣ ਜੀ ਇਸੇ ਦਾ ਹੀ ਆ, ਹੁਣ ਤਾਂ ਗੇਰਾਂ ਤੇ ਜਦੋਂ ਇੱਥੋਂ ਲੈਣੇ। ਪਹਿਲਾਂ ਕਾਹਦਾ ਕਰਦੇ ਸੀ? ਪਹਿਲਾਂ ਹਾਂ ਜੀ ਪਹਿਲਾਂ ਆਰਐਸ ਵਗੈਰਾ ਜਾਂ ਕੋਈ ਪਿੰਡਾਂ 'ਚ ਜਾਂ ਕੋਈ ਬਲੈਕ ਦਿੰਦੇ ਨਹੀਂ ਜੀ ਲੈਣ ਤੋਂ ਬਿਨਾਂ। ਠੀਕ ਹੈ ਜੀ, ਕਾਹਦੀ ਦਵਾਈ ਲੈਣਾ ਜੀ? ਨਸ਼ੇ ਛੱਡਣ ਦੀ। ਅੱਛਾ ਕਾਹਦਾ ਨਸ਼ਾ ਕਰਦੇ ਸੀ? ਪੋਸਟ ਕਰਨਾ ਜੀ। ਅੱਛਾ ਇਹ ਦਵਾਈ ਨਾਲ ਫਰਕ ਆਉਂਦਾ ਪਿਆ? ਹਾਂ ਫਰਕ ਆਉਂਦਾ ਜੀ, ਪਰ ਮਹੀਨੇ 'ਚ ਕੀਤੀ ਜਾਵੇ। ਠੀਕ ਹੈ ਜੀ, ਚੌਦਾਂ ਦਿਨਾਂ ਦਿੰਦੇ ਮਹੀਨੇ 'ਚ ਕੀਤੀ ਜਾਵੇ। ਦਵਾਈ ਲੈਣਾ ਹੈ? ਕਾਹਦੀ ਲੈਣਾ ਜੀ? ਨਸ਼ਾ ਛੱਡਣ। ਅੱਛਾ ਦਵਾਈ ਲੈ ਲਈ ਆ? ਲੈਣੀ ਹੈ ਜੀ। ਪਹਿਲਾਂ ਲਈ ਹੈ ਦਵਾਈ ਤੁਸੀਂ? ਨਹੀਂ ਨਵੀਂ, ਕੱਲ੍ਹ ਆਏ ਸੀਗੇ ਨਵੀਂ ਆਈ ਡੀ ਬਣਵਾਈ। ਅੱਛਾ ਕਾਹਦੀ ਕਿੰਨੇ ਟਾਈਮ ਦਾ ਜਿਹੜਾ ਪਹਿਲਾਂ ਤੁਸੀਂ ਕਾਹਦਾ ਨਸ਼ਾ ਕਰਦੇ ਸੀ? ਪਹਿਲਾਂ ਪੋਸਟ ਕਰਦੇ। ਕਿੰਨੇ ਟਾਈਮ ਤੋਂ? ਹੋ ਗਏ 14-15 ਸਾਲ। ਹੁਣ ਤੁਸੀਂ ਪਹਿਲੀ ਵਾਰ ਦਵਾਈ ਲੈਣ ਆਏ ਹੋ? ਹਾਂਜੀ। ਤੁਹਾਨੂੰ ਇੱਥੋਂ ਦਾ ਕਿੰਨੇ ਦੱਸਿਆ? ਸਾਨੂੰ ਪਿੰਡ 'ਚ ਦੱਸਿਆ ਜੀ, ਪਿੰਡ 'ਚ ਕਈ ਬੰਦੇ ਲੈ ਕੇ। ਨੰਬਰ ਆਉਣ ਡਿਆ ਗੋਲੀਆਂ ਲੈਣ ਆਇਆ ਜੀ ਨਸ਼ੇ ਵਾਲੀਆਂ। ਅੱਛਾ ਜੀ, ਕੀ ਖਾਂਦੇ ਸੀ? ਪਹਿਲਾਂ ਪੋਸਟ ਕਰਨੇ, ਹੁਣ ਗੋਲੀਆਂ ਤੇ ਆ ਗਿਆ ਜੀ ਛੱਡੀ। ਅੱਛਾ, ਕਿੰਨੇ ਟਾਈਮ ਤੋਂ ਜਿਹੜਾ ਪੋਸਟ ਤੁਸੀਂ ਖਾਂਦੇ ਆ ਰਹੇ? ਮੈਂ ਜੀ 2002 ਖਾਣ ਲੱਗਾ ਜੀ। ਅੱਛਾ, ਤੇ ਇੱਥੇ ਦਵਾਈ ਲੈਂਦੇ ਨੇ ਕਿੰਨਾ ਟਾਈਮ ਹੋ ਗਿਆ? ਪਹਿਲਾਂ ਮੈਂ ਸਰਕਾਰੀ ਹਸਪਤਾਲੋਂ ਲੈਣਾ ਜੀ, ਹੁਣ ਮੈਂ ਇੱਥੋਂ ਲੈਣਾ, ਪਹਿਲੀ ਵਾਰ ਇੱਥੇ ਆਇਆ ਜੀ। ਜਿਹੜੇ ਸਰਕਾਰੀ ਹਸਪਤਾਲ ਲਈ ਹੈ ਦਵਾਈ ਨਾਲ ਫਰਕ ਆਇਆ ਤੁਹਾਨੂੰ? ਹਾਂਜੀ ਹਾਂਜੀ, ਬੜਾ ਫਰਕ ਪਿਆ ਜੀ।